चल बिस्मिल्लाहिर्रहमानिर्रहीम। अस्सलाम वालेकुम सारे बहन भाइयों, अल्लाह पाक खुश रखे या बाद रखे। चैनल सब्सक्राइब नहीं की तो मेरा अली ब्लॉग से नू कर लियो ताकि हर वीडियो बर वक्त थानू मिल सके। मेरे को आवे तो चपेड़ा मारा मेरी अली दंदी बड़ी था। अच्छा जी, अली दो बारी मेरी एंट्रो करवाण लगे, डेमो इथे नेड़े नेड़े इन्हां दे गल ਉਹ ਤੇ ਜਿਹੜੇ ਬਾਹਰੋਂ ਖੱਖਰ ਲਾਈ ਸੀ, ਗੱਲ ਤੇ ਪਾਰੀ ਕਰਨ ਲੱਗੇ ਸੀਗੇ। ਜਿਹੜੇ ਬਾਹਰੋਂ ਖੱਖਰ ਲਾਈ ਸੀ ਉਹ ਸਾਰੇ ਥਾਵਾਂ ਢੂੰਡਦੇ ਫਿਰ। ਅਲੀ ਕਹ ਰਹੇ ਕਿ ਹੁਣ ਮੇਰੇ ਕੋ ਬਦਲਾ ਲੈਣ ਦੇ, ਮੈਂ ਹੀ ਤੁਹਾਡੀ ਖੱਖਰ ਲਾਈ ਸੀ। ਅਗਲੇ ਬੱਚੇ ਜਿਹੜੇ ਨਾ ਉਹ ਮਰ ਗਏ ਨਹੀਂ, ਬਿੱਲੀ ਖਾ ਗਈ ਸੀ ਤੇ ਫਿਰ ਉਹ ਚੀ ਚੀ ਕਰਦੇ ਨੇ। ਬਿੱਲੀ ਕਿਉਂ ਥੱਲੇ ਤੋਂ ਡਿੱਗ ਜਾਂਦੇ, ਇੱਥੇ ਹਰ ਵਾਰੀ ਦੇ ਦਿੰਦੀਆਂ ਵਾ। ਅਗਲੀ ਵਾਰੀ ਅਲੀ ਪਤਾ ਕੀ ਕਰੋ, ਇਹ ਤੇ ਆ ਕਢਵਾ ਕੇ ਨਾ, ਯਾ ਅੱਲਾ ਯਾ ਮੁਹੰਮਦ ਮਾਸ਼ਾਅੱਲਾ। ਇਹ ਨਹੀਂ ਕਢਵਾ ਕੇ ਇੱਥੇ ਹੀ ਰਹਿਣਾ, ਜਿਹੜੀ ਪਿਛਲੀ ਪਲੇਟ ਉਹ ਕਢਵਾ ਕੇ ਤੇ ਨਾਲ ਲੱਗ ਜਾਣੀ ਸ਼ੀਸ਼ਾ, ਅੰਦਰ ਵਾਰ ਸ਼ੀਸ਼ਾ ਲਾ ਕੇ ਫਿਰ ਅੰਦਰ ਵਾਰ ਲੱਗ ਜਾਣੀ, ਐਵੇਂ। ਹਾਂ ਪਿਛਲੀ ਕੱਢਣੀ ਪੈਣੀ ਹੈ, ਹਾਂ ਪਿਛਲੀ ਕੱਢਣੀ ਪੈਣੀ। ਹਾਂ ਕਢਵਾ ਕੇ ਤੇ ਇੱਥੇ ਲਾਓ, ਇਹ ਵੀ ਤੇ ਕੋਈ ਸ਼ੈ ਨਾ ਬਣਨ। ਬੱਚੇ ਇਹਨਾਂ ਦੇ ਜਿਹੜੇ ਟਾਲੀਆਂ ਘੋਂਸਲੇ, ਦੇ ਆਂਗਲੇ ਦੇ ਆਂਗਲੇ ਦੇ ਵਿੱਚ ਕਰਨੀ, ਇਹਨਾਂ ਦੇ ਬੱਚੇ ਬਚ ਜਾਂਦੇ ਆ ਇੱਥੇ। ਨਹੀਂ ਉਹ ਘੋਂਸਲੇ ਲਿਆ ਕੇ ਲਾ ਦੇਵਾਂ ਦੇ। ਅੱਛਾ ਹਾਂ ਉੱਥੇ ਵੜ ਜਾਣਗੀਆਂ। ਹਾਂ ਸੋ ਕੇ। ਅੱਛਾ ਜੀ, ਮੈਂ ਲੱਗੀਆਂ ਸ਼ਾਮ ਦਾ ਖਾਣਾ ਬਣਾਉਣ। ਸ਼ਾਮ ਦੇ ਖਾਣੇ ਵਿੱਚ ਬਹੁਤ ਹੀ ਮਜ਼ੇਦਾਰ ਸ਼ੈ ਬਣਾਉਣ ਲੱਗੀਆਂ। ਮੈਂ ਨਾ ਰੱਖੀਆਂ ਸੀ ਨਲੀਆਂ, ਬੱਕਰੇ ਦੀਆਂ ਵੱਖਰੀਆਂ ਕਾਲੀਆਂ ਸੀ ਤੇ ਉਹ ਨਾ ਮੈਂ ਰੱਖੀਆਂ ਸੀ 4-5 ਤੇ ਉਹ ਮੈਂ ਹੁਣ ਜਿਹੜੀਆਂ ਨਾ ਧੋ ਕੇ ਰੱਖੀਆਂ ਵਾ ਫ੍ਰਿਜ 'ਚ, ਮੈਂ ਦੁਪਹਿਰੇ ਨਿਕਾਲ ਦਿੱਤੀਆਂ ਸੀ ਉਹ ਮੈਂ ਹੁਣ ਲੱਗੀਆਂ ਪਕਾਉਣ ਤੇ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀਆਂ। ਸਭ ਤੋਂ ਪਹਿਲਾਂ ਗੰਢਾ ਲਸਣ ਕਰਦੇ ਹਾਂ। ਧੁੱਪ ਤੇ ਅਲੀ ਨੇ ਮੈਨੂੰ ਨਹੀਂ ਤਾਂ ਦਿੱਤਾ, ਅਲੀ ਮੈਨੂੰ ਜਿਹੜਾ ਨਾ ਪਿਆਜ਼ ਖੁਦ ਲਿਆ ਕੇ ਦਿੱਤੇ ਆ, ਲਸਣ ਅਲੀ ਨੇ ਛਿਲ ਕੇ ਰੱਖਿਆ ਆ ਫ੍ਰਿਜ 'ਚ ਤੇ ਕਮ ਐਨ ਗੋ। ਫ੍ਰਿਜ 'ਚੋਂ ਨਿਕਾਲ ਲਿਆ ਵਾ, ਵਾਵਾ ਸਾਰਾ ਅਦਰਕ ਖਤਮ ਹੋਇਆ ਵਾ। ਵਾਵਾ ਸਾਰੇ ਨਿਕਾਲਣ ਦੀ ਕਿਉਂਕਿ ਛਿਲਿਆ। ਅੱਲਾ ਮੇਰੇ ਸਿਰ ਤੇ ਤੁਹਾਨੂੰ ਸਦਾ ਸਲਾਮਤ ਰੱਖੇ, ਤੁਹਾਡੇ ਸਿਰ ਤੇ ਮੈਨੂੰ ਰੱਖੇ। ਤੁਹਾਡੇ ਸਿਰ ਤੇ ਮੈਨੂੰ ਨਹੀਂ, ਤੇਰੇ ਮੇਰੇ ਸਿਰ ਤੇ ਤੈਨੂੰ ਨਹੀਂ, ਮੇਰੇ ਸਾਏ ਥੱਲੇ ਤੈਨੂੰ। ਆਮੀਨ। ਸਦਾ ਮੈਂ ਆਸ਼ਾ ਕਰਦੀ ਰਹਾਂ ਜਿਸ ਤਰ੍ਹਾਂ ਮੇਰਾ ਅਲੀ ਮੈਨੂੰ ਕਰਵਾਉਂਦਾ ਵਾ। ਅੱਲਾ ਪਾਕ ਮੇਰੇ ਅਲੀ ਨੂੰ। ਕੱਲ ਬਾਜੇ ਸਵੇਰ ਜਦੋਂ ਬਾਜੇ ਕੋਲ ਗਿਆ, ਬਾਜੂ ਕਹਿੰਦੀ ਸੀ ਮਰਚਾਂ ਲੈ ਜਾਈ, ਫਿਰ ਮੈਂ ਕਿਹਾ ਬਾਜੂ ਨੂੰ ਧੁੱਪ ਚੜ ਗਈ ਪਿਛਲੇ ਪੈਰਾਂ ਵਾਂਗ। ਮਿਰਚਾਂ ਤੁਸੀਂ ਲਿਆਇਓ, ਮਿਰਚਾਂ ਖਤਮ ਹੋ ਗਈਆਂ, ਦੇਖੋ ਨਾ ਜਿਹੜੀਆਂ ਫ੍ਰਿਜ 'ਚ ਪਈਆਂ 4-5 ਲਾਲ ਹੋ ਗਈਆਂ ਵਾ। ਸ਼ਾਮੀ ਤੁਸੀਂ ਸ਼ਾਮੀ ਲੈ ਕੇ ਆਵਾਂ ਜਦੋਂ ਮਿਲਣਗੇ ਨਾ ਤੇ ਉਦੋਂ ਫਿਰ ਕਿਆ ਆਇਆ, ਕਿਉਂਕਿ ਸ਼ਾਮੀ ਤੇ ਲਾਜ਼ਮੀ ਅਲੀ ਨੇ ਜਾਣਾ ਹੁੰਦਾ। ਮੈਂ ਕਦੀ ਕਦਾਈ ਕਦੀ ਕਦੀ ਪਹਿਲਾ ਚੱਕਰ ਵੀ ਪਹਿਲੇ ਟਾਈਮ ਵੀ ਚੱਕਰ ਲੱਗ ਜਾਂਦੇ ਤੇ ਜਿਹੜਾ ਪਿਛਲੇ ਟਾਈਮ ਤੇ ਲਾਜ਼ਮੀ ਨਾ, ਅਸਰ ਤੋਂ ਬਾਅਦ ਦਾ ਜਿਹੜਾ ਟਾਈਮ ਹੁੰਦਾ ਉਹ ਮੈਂ ਅੰਮਾ ਜੀ ਕੋਲ ਅਲੀ ਸੁਬਾ ਪਹਿਲੇ ਟਾਈਮ ਚਲੇ ਸੀ। ਮੈਂ ਕਿਹਾ ਪਹਿਲੇ ਟਾਈਮ ਨਾ ਜਾਓ, ਫਿਰ ਅੰਮਾ ਜੀ ਪਿਛਲੇ ਟਾਈਮ ਵਾਵਾ ਤੁਸੀਂ ਬਹਿ ਕੇ ਆਉਂਦੇ, ਪਹਿਲੇ ਟਾਈਮ ਤੁਸੀਂ ਥੋੜ੍ਹੀ ਦੇਰ ਬਹਿ ਕੇ ਤੇ ਆ ਜਾਣਾ, ਕਿਉਂਕਿ ਪਿਛਲੇ ਟਾਈਮ ਜਾਣ ਤੇ ਫਿਰ ਠੰਡ ਹੁੰਦੀ ਜਾਂਦੀ ਹੈ, ਫਿਰ ਅਲੀ ਝੱਟ ਪੈ ਜਾਂਦੇ ਆ ਤੇ ਪਹਿਲੇ ਟਾਈਮ ਜਾਣ ਤੇ ਫਿਰ ਥੋੜ੍ਹੀ ਦੇਰ ਬਹਿ ਕੇ ਆ ਜਾਂਦੇ, ਫਿਰ ਅੰਮਾ ਜੀ ਦਾ ਨਾ ਕੋਟਾ ਨਹੀਂ ਪੂਰਾ ਹੁੰਦਾ। ਤੰਦਰੁਸਤੀ ਦੇਵੇ ਸਾਡੇ ਵਾਲਦਿਆਂ ਨੂੰ, ਸਦਾ ਸਲਾਮਤ ਰੱਖੇ ਅੱਲਾ ਪਾਕ, ਹਰ ਮਾਂ ਬਾਪ ਨੂੰ ਤੰਦਰੁਸਤੀ ਦੇਵੇ ਇਹਨਾਂ ਨਾਲ ਹੀ ਬਾਹਰ ਆਵਾਂ। ਖੜੇ ਮਸ਼ਾਲੇ, ਦਾਲਚੀਨੀ, ਕਾਲੀਆਂ ਮਿਰਚਾਂ, ਹੋਰ ਕੀ, ਥੋੜਾ ਜਿਹਾ ਜ਼ੀਰਾ ਲਾਵਾਂ, ਥੋੜਾ ਜਿਹਾ ਜੋ ਕੁਛ ਹੋਣਾ ਸੀ ਉਹ ਤੇ ਹੋ ਗਿਆ। ਚੱਲ ਛੱਡ ਹੁਣ, ਜੀਰਾ ਸਾਡਾ ਜੀ ਰੁੜ ਗਿਆ ਸੀ ਤੇ ਬੋਟੀਆਂ ਵਾਲਾ ਜੀਰਾ ਜਿਹੜਾ ਬੋਟੀਆਂ ਤੇ ਰਵੇ ਦਾ ਤੇ ਚੁੱਲ੍ਹਾ ਸਾਫ਼ ਕਰ ਲਿਆ। ਮੇਰੇ ਵੱਲੋਂ ਨਾ ਵੇਖ, ਹੁਣ ਉਧਰ ਇਹ ਨਾ ਵੇ, ਹੁਣ ਨਵਾਂ ਕੱਟਾ ਖੋਲ ਦੇ। ਹੁਣ ਸਾਰਾ ਆਇਲ ਪਾ ਦੇ, ਆਇਲ ਪਾ ਲਿਆ, ਆਇਲ ਮੈਂ ਥੋੜ੍ਹਾ ਪਾਇਆ ਵਾ ਕਿਉਂਕਿ ਹੈ ਦੇਖੋ ਚਰਬੀ ਹੈ ਨਾਲ ਨਲੀਆਂ ਦੇ, ਇਸ ਕਰਕੇ ਜਿਹੜਾ ਨਾ ਫਿਰ ਮੈਂ ਥੋੜ੍ਹਾ ਪਾਇਆ ਵਾ। ਟਮਾਟਰ, ਮਿਰਚਾਂ, ਲਸਣ ਦੀਆਂ ਕਲੀਆਂ, ਪਿਆਜ਼, ਹਰੀਆਂ ਮਿਰਚਾਂ ਤੇ ਕੁਝ ਖੜੇ ਮਸਾਲੇ, ਇਹ ਗੁੜ ਇਹ ਵਿੱਚ ਪਾਉਣਾ। ਪਾ ਲੈ, ਫਿਰ ਕਿੱਦਾਂ ਦੀ ਬਣੂਗੀ ਕੜਾਈ, ਹਲਕਾ ਜਿਹਾ ਰੋਸਟ ਕਰਾਂਗੇ। ਗਰਮੀ 'ਚ ਇਹਨੂੰ ਵੀ ਸੇਕ ਨਹੀਂ ਲੱਗਦਾ, ਮੈਂ ਕਹਿੰਦੀ ਧੁੱਪੇ ਬੰਦਾ ਰੱਖੇ ਨਾ ਹਾਂਡੀ ਰੋਟੀ, ਡਰਾਈ ਰੋਸਟ ਕਰਕੇ ਤੇ ਫਿਰ ਪਾਇਆ ਕਰ ਇਹ ਖੜੇ ਮਸਾਲੇ, ਡਰਾਈ ਰੋਸਟ ਕਰਕੇ ਨਾ ਫਿਰ ਵਿੱਚ ਤੇਲ ਪਾਇਆ। ਹਾਂਜੀ
ਨਹੀਂ ਤੇ ਨਾ ਸੜੀ ਸੜੀ ਮੈਂ ਖਾਣ ਦੇ ਮਿਲਣੀ ਹਾਂ ਸਹਿਵੇਂ ਸੜੀ ਸੜੀ ਮਾਇਕ ਮਾਰਦੇ ਟਕਾਰ ਹੀ ਆਈ ਜਾਂਦੇ ਹਾਂ ਕਦੀ ਤੂੰ ਕਿਹੜਾ ਕੀਤਾ ਹਾਂ ਬੜੇ ਉੱਤਰ ਵਰਜੇ ਕੀਤੇ ਮੈਂ ਕੋਈ ਹਾਂ ਪਤਾ ਚੇ ਕੀਤੇ ਬਾਜੋ ਕਾਂਦੀ ਹੁੰਦੀ ਸੀ ਡਰਾਈ ਰੋਸਟ ਕਰਕੇ ਮਸਾਲੇ ਨਹੀਂ ਤੇ ਨਾ ਸਹੀ ਸਾਡਾ ਕੰਮ ਹੈ ਦੱਸਣਾ ਕੋ ਨਾ ਅਮਲ ਕਰਨਾ ਹਾਂਜੀ ਮੈਨੂੰ ਐਵੇਂ ਫਰਾਈ ਕੀਤੇ ਅੱਛੇ ਲੱਗਦੇ ਹਲਕੇ ਜੇ ਉਹ ਵੀ ਸਾੜ ਨਹੀਂ ਲੈਣਾ ਚੱਲ 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 ਸੋਲ ਸੋਲ ਕਰਨ ਲੱਗ ਪਏ ਤੇ ਹੁਣ ਆਪਾਂ ਜਿਹੜਾ ਨਾ ਹੱਡੀਆਂ ਪਾਈਏ ਇਹਨਾਂ ਨੂੰ ਅੱਛੀ ਤਰ੍ਹਾਂ ਫਰਾਈ ਕਰਾਂਗੇ ਸਫੈਦ ਜ਼ੀਰੇ ਵਾਲੀਆਂ ਨਲੀਆਂ ਇਹ ਕਿਵੇਂ ਆਉਂਦੀਆਂ ਅੱਛਾ ਜੀ ਐਂ ਇਹ ਨਾ ਆਖਿਓ ਜੇ ਵੀ ਮੋਟਾ ਕੁਛ ਅਤੇ ਇਹ ਬਬਲੂ ਦੀਆਂ ਨਲੀਆਂ ਨੇ ਹਾਂ ਨਹੀਂ ਲੱਗਦਾ ਇਹ ਕਾਬੂ ਆਉਣ ਦੀ ਤੇ ਉੱਤੇ ਉਹ ਦੇਖ ਕੇ ਕਰ ਹਾਂ ਢੱਕਣ ਦੇ ਕੇ ਨਹੀਂ ਵੀ ਪਸੀਨਾ ਪੈਣ ਲੱਗ ਪੈਂਦਾ ਫਿਰ ਨੀਚੇ ਚਿਪਣੀਆਂ ਅੱਛਾ ਥਾਲੀ ਵਾਲਾ ਪਸੀਨਾ ਜਿੱਦਾਂ ਹੁਣ ਬੰਦੇ ਗਰਮੀ 'ਚ ਚੋਣ ਦਿਆ ਨਾ ਇੱਦਾਂ ਇਹਦਾ ਵੀ ਚੋਂਦਾ ਇਹ ਦੇਖੋ ਜੀ ਕਲਰ ਚੇਂਜ ਹੋ ਗਿਆ ਸਾਰੀਆਂ ਮੁੰਡਿਆਂ ਦਾ ਤੇ ਹਾਲਤ ਖਰਾਬ ਹੋਈ ਪਈ ਹਾਂਜੀ ਤੇ ਇੱਥੇ ਹੁਣ ਅਸੀਂ ਪਾ ਦਾਂਗੇ ਇਹ ਵਾਲੇ ਸਾਰੇ ਮਸਾਲੇ ਹਰੀਆਂ ਮਿਰਚਾਂ ਟਮਾਟਰ ਪਿਆਜ਼ ਲਸਣ ਦੀਆਂ ਕਲੀਆਂ ਨਾਲ ਹੀ ਅਸੀਂ ਪਾਵਾਂਗੇ ਜੀ ਕੋਟਨ ਮਸਾਲੇ ਕੋਟਨ ਮਸਾਲੇ ਜ਼ਰਾ ਕਿੱਧਰ ਨੂੰ ਕਰ ਲੈਂਦੇ ਹਾਂ ਨੇੜੇ ਕਰ ਲੈ ਮਤਲਬ ਜ਼ਰੂਰਤ ਦੇ ਮੁਤਾਬਕ ਮਿਰਚਾਂ ਸਾਫ ਦੀਆਂ ਗਰਮੀ ਬਹੁਤ ਹਰੀਆਂ ਮਿਰਚਾਂ ਪਾ ਲਈ ਬਸ ਪਾ ਲਈ ਬਸ ਇਹ ਵੀ ਸਾਫ ਬਸ 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 ਦਰਮਿਆਨੀ ਅੱਗ ਤੇ ਇਹਨਾਂ ਨੂੰ ਕਰਨਾ ਵਾ ਕਿਉਂਕਿ ਨਲੀਆਂ ਜਦੋਂ ਵੀ ਪਕਾਓ ਨਾ ਤੇ ਇਹਨਾਂ ਨੂੰ ਹਮੇਸ਼ਾ ਮੱਠੀ ਅੱਗ ਤੇ ਪਕਾਈਦਾ ਫਿਰ ਇਹਨਾਂ ਦੇ ਵਿੱਚ ਜਿਹੜਾ ਰੋਗਨ ਹੁੰਦਾ ਨਾ ਫਿਰ ਉਹ ਆਉਂਦਾ ਵਿੱਚ ਇਹਦੇ ਵਿੱਚ ਮੈਂ ਪਾਣੀ ਥੋੜਾ ਹੋਰ ਪਾਉਂਗੀ ਤੇ ਕੜਾਈ ਥੱਲੇ ਟੂਟੀ ਤੇ ਲੈ ਜਾਣੀ ਸੀ ਨਹੀਂ ਨਹੀਂ ਸਫਤ ਹੀ ਜਾਣਾ ਨਹੀਂ ਤੇ ਕੜਾਈ ਥੱਲੇ ਲੈ ਜਾਂਦੀ ਮੈਨੂੰ ਲੱਗੇ ਥੱਲੇ ਨਾ ਲੈ ਜਾ ਜ਼ਬਰਦਸਤ ਥੋੜਾ ਬਸ ਦੋ ਘੁੱਟ ਪਾਣਾ ਕਿਉਂਕਿ ਅੱਛੀ ਤਰ੍ਹਾਂ ਵਿੱਚ ਤੇ ਆਣ ਨਾ ਹਲੇ ਤੇ ਵਿੱਚ ਨਹੀਂ ਆਣ ਰਹੀਆਂ ਪਹਿਲੇ ਚੁੱਲ੍ਹਾ ਤੇਜ਼ ਰੱਖਾਂਗੇ ਫਿਰ ਮੱਠਾ ਕਰ ਲਾਂਗੇ ਤੇ ਬਰਤਨ ਧੋ ਕੇ ਮੈਂ ਅੰਦਰ ਚਲੀ ਜਾਣਾ ਪੱਖੇ ਤੇ ਪਾਸੇ ਪੱਕਦੀਆਂ ਰਹਿਣ ਆਟਾ ਗੁੱਝਾ ਪਿਆ ਬਸ ਇੰਨਾ ਕੀ ਹੋਰ ਪਾਣਾ ਅੱਛੀ ਤਰ੍ਹਾਂ ਨਾ ਮਿਕਸ ਕਰ ਦਿੰਦੇ ਹਾਂ ਰੱਖਿਆਂ ਨੂੰ ਕਵਰ ਕਰ ਦੇਣਾ ਹਾਂਜੀ ਉੱਤੇ ਮਿਕਸ ਕਰਕੇ ਕਵਰ ਕਰ ਦੇਣੀ ਪਹਿਲੇ ਚੁੱਲ੍ਹਾ ਤੇਜ਼ ਰਹਿੰਦਾ ਜਦੋਂ ਪਾਣੀ ਪੱਕਣ ਲੱਗ ਪਿਆ ਫਿਰ ਮੈਂ ਚੁੱਲ੍ਹਾ ਦੇ ਨਾਲ ਮੱਠਾ ਕਰ ਦੇਣਾ ਵਾ ਮੈਂ ਬਰਤਨ ਧੋ ਸਰ ਦੀ ਆਸਾਨ ਦੀ ਜੋ ਨਮਾਜ਼ ਪੜ੍ਹ ਕੇ ਹਟੇ ਮੈਂ ਤੇਰੀ ਦੋਨੋਂ ਅੱਲਾਹ ਪਾਕ ਦਾ ਸ਼ੁਕਰ ਅੱਲਾਹ ਪਾਕ ਨੇ ਤੋਫੀਕ ਦਿੱਤੀ ਆ ਤੇ ਮੈਂ ਤਕਰੀਬਨ 3:30 ਰੱਖਿਆ ਸੀ ਐਵਲੀਆਂ ਨਲੀਆਂ ਖੁੱਲ੍ਹਾ ਪਾਣੀ ਪਾ ਕੇ ਅਤੇ ਮੱਠੀ ਮੱਠੀ ਅੱਗ ਦੇ ਉੱਤੇ ਮੈਂ ਤਵਾ ਮੁੰਦਾ ਮਾਰਿਆ ਸੀ ਇਹ ਦੇਖੋ ਜੀ ਤਵਾ ਪਿਆ ਕੋਲ ਤਵਾ ਮੁੰਦਾ ਮਾਰਿਆ ਸੀ
ਤੇ ਪਾਣੀ ਵਿੱਚੋਂ ਖੁਸ਼ਕ ਹੋ ਗਿਆ ਹੁਣ ਬਸ ਆਇਲ ਆ ਤੇ ਇੱਥੇ ਮੈਂ ਹੁਣ ਕੁਛ ਪਾਉਣੀ ਆ ਦੇਖੋ ਨਲੀਆਂ ਦੇ ਉੱਪਰ ਨਾ ਗੋਸ਼ਤ ਫਿਰ ਪਾਣੀ ਪਾਉਣਾ ਹਾਂਜੀ ਹਲੇ ਭੁੰਨ ਕੇ ਫਿਰ ਪਾਉਣਾ ਅੱਛਾ ਇਹ ਗੋਸ਼ਤ ਉੱਪਰੋਂ ਨਿਕਲਣਾ ਸ਼ੁਰੂ ਹੋ ਗਿਆ ਵਾ ਸ਼ੋਰਬੇ ਵਾਲੀਆਂ ਨਹੀਂ ਹੁੰਦੀਆਂ ਹਾਂਜੀ ਸ਼ੋਰਬੇ ਵਾਲੀਆਂ ਪਾਉਣੀਆਂ ਹੁਣ ਕੀ ਪਾਉਣ ਲੱਗੇ ਹੁਣ ਗਰਮ ਮਸਾਲਾ ਗਰਮ ਮਸਾਲੇ ਦੀ ਖੁਸ਼ਬੂ ਥੋੜੀ ਜਿਹੀ ਵਿੱਚ ਚਲਦੀ ਹੈ ਨਾ ਗਰਮ ਮਸਾਲਾ ਪਾ ਕੇ ਤੇ ਥੋੜੀ ਜਿਹੀ ਕੁੱਟੀ ਮਿਰਚ ਪਾਉਣੀ ਹੈ ਥੋੜੀ ਜਿਹੀ ਕਾਲੀ ਜ਼ਿਆਦਾ ਗਰਮੀ ਗਰਮੀ ਆ ਮੇਰਾ ਬਸ ਬਸ ਇੰਨੀ ਟੇਸਟ ਬਸ ਕਰ ਤਕਰੀਬਨ ਇਹਦੀ ਮੈਂ 10 ਮਿੰਟ ਵਾਸਤੇ ਹੁਣ ਬਣਾਈ ਕਰਨੀ ਹੈ ਕਿਉਂਕਿ ਅੱਛੀ ਤਰ੍ਹਾਂ ਨਰਮ ਹੋਈਆਂ ਵਾ ਅੱਗੇ ਮੈਂ ਫਰਾਈ ਵੀ ਕੀਤੀਆਂ ਸੀ ਇਹਨਾਂ ਦੀ ਬਸ 10 ਮਿੰਟ ਵਾਸਤੇ ਜੇਕਰ ਬਣਾਈ ਕਰਨੀ ਹੈ ਆਇਲ ਵੀ ਦੇਖੋ ਛੋੜ ਦਿੱਤਾ ਅੜੀਆਂ ਨੇ ਗੋਸ਼ਤ ਛੱਡ ਦਿੱਤੇ ਹਾਂਜੀ ਸਾਰੇ ਤੋਂ ਨਿਕਲਦਾ ਪਿਆ ਵਿੱਚ ਕਿੰਨੀ ਸਾਰੀ ਬਣਾਈ ਕਰ ਲਈ ਆ 10-12 ਮਿੰਟ ਵਾਸਤੇ ਹੁਣ ਅਸੀਂ ਸ਼ੋਰਬੇ ਵਾਸਤੇ ਪਾਣੀ ਪਾਵਾਂਗੇ ਬਿਸਮਿਲ੍ਲਾਹਿਰਰਹਮਾਨਿਰਰਹੀਮ ਮੈਂ ਪੇਕੇ ਖਾਣੀ ਰੋਟੀ ਚਲੋ ਪੇਕੇ ਖਾ ਲਿਓ ਅੱਛੀ ਤਰ੍ਹਾਂ ਮਿਕਸ ਕਰਦੇ ਆ ਜਿਹੜਾ ਨਲੀਆਂ 'ਚ ਰੋਗੋ ਨਿਕਲਣਾ ਉਹ ਖਾਣਾ ਪੇਕ ਖਾਣੀ ਚਲੋ ਜੀ ਇਹਦੇ 'ਤੇ ਦਿਨੇ ਢੱਕਣ ਅਤੇ ਚੰਗੀ ਤਰ੍ਹਾਂ ਪਾਣੀ ਨੂੰ ਪਕਾ ਲੈਣਾ ਆਟਾ ਫਿਰ 'ਚ ਬਾਹਰ ਕੱਢ ਕੇ ਰੱਖੀਏ ਅਤੇ ਫਿਰ ਮੈਂ ਪਾਨੀਆਂ ਰੋਟੀਆਂ ਤੁਸੀਂ ਜਾਓ ਅੰਮਾ ਜੀ ਬਣਾ ਦੇ ਥੱਲੀਆਂ ਮਿਰਚਾਂ ਲਿਆਓ ਉਧਰ ਚਲੋ ਜਿੰਦੇ ਚ ਕਿਹੜਾ ਪੱਕਦਾ ਅੱਛਾ ਜੀ ਰੋਟੀ ਪਕਾ ਕੇ ਮੈਂ ਢੱਕ ਲਈ ਅਜੀ ਚਲੇ ਗਏ ਸੀ ਅੰਮਾ ਜੀ ਹੁਣ ਨਾਲ ਮਿਰਚਾਂ ਲੈਣ ਲੇਕਿਨ ਅੱਗੇ ਸਾਡੇ ਨਾਲ ਤਾਂ ਮੋਏ ਮੋਏ ਹੋ ਗਿਆ ਅੰਮਾ ਜੀ ਨਾਲ ਮਿਰਚਾਂ ਬੇਟਾ ਜਿਹੜਾ ਨਾ ਉਹ ਸਪਰੇ ਕਰਕੇ ਅਸ ਅੰਮਾ ਜੀ ਬਾਜੀ ਕੋ ਪੁੱਛਿਆ ਹੀ ਨਹੀਂ ਸੀ ਉਹਨੇ ਨਾ ਸਪਰੇ ਕਰ ਦਿੱਤੀ ਨਹੀਂ ਬਾਜੀ ਨੇ ਅੰਮਾ ਜੀ ਨੂੰ ਆਹ ਕੇ ਕਰਵਾਈ ਕਿਦਾਂ ਮਤਲਬ ਬਾਜੀ ਆਪ ਤੇ ਜਿਹੜਾ ਸ਼ਹਿਰੋਂ ਆਇਆ ਸਨ ਤੇ ਸੀਵ ਕਰਦਾ ਸੀ ਸਪਰੇ ਤੇ ਬਾਜੀ ਨੇ ਆਖਿਆ ਅੰਮਾ ਨੀ ਨਸੀ 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 ਸੀਵ ਸਪਰੇ ਕਰਦੇ ਕਿ ਸਾਡੀਆਂ ਮਿਰਚਾਂ ਤੇ ਵੀ ਕਰ ਜਾ ਪਹਿਲੇ ਤੋੜ ਤਾਂ ਲੈਂਦੀਆਂ ਕਿ ਸਾਨੂੰ ਲੋੜ ਸੀ ਤੁਹਾਨੂੰ ਵੀ ਲੋੜ ਸੀ ਤੁਸੀਂ ਤੋੜੀਆਂ ਨਹੀਂ ਜਿਹੜੀਆਂ ਅੰਮਾ ਜੀ ਨੇ ਆਪਣੇ ਲਈ ਤੋੜ ਕੇ ਰੱਖੀਆਂ ਦੇਖਿਓ ਕਿੰਨੀਆਂ ਜ਼ਿਆਦਾ ਮੈਂ ਕਹਿੰਦੀ ਤੁਸੀਂ ਜ਼ਰੂਰ ਲੈ ਕੇ ਆਉਣਗੇ ਅੰਮੀਆਂ ਚਲੋ ਬਾਜੀ ਉਹੀ ਆਪਣਾ ਇਸਤੇਮਾਲ ਕਰ ਲੈਂਦੇ ਅੱਛਾ ਜੀ ਗਰਮ ਮਸਾਲਾ ਪਾਇਆ ਵਾ ਕੁਟਿਆ ਧਨੀਆ ਪਾਇਆ ਵਾ ਮਿਕਸ ਕਰਕੇ ਨਾ ਤੇ 2 ਮਿੰਟ ਕਵਰ ਕਰਕੇ ਪਕਾਣੇ ਤਾਂ ਕਿ ਟੇਸਟ ਰੋਟੀ ਚੂਰ ਕੇ ਖਾਣੀ ਰੋਟੀ ਚੂਰ ਕੇ ਹਾਂ ਖਾਣੇ 2 ਮਿੰਟ ਕੀ ਸਾਡੇ ਬਬਲੂ ਦੀਆਂ ਨਲੀਆਂ ਇਹ ਹੁਣ ਅਸੀਂ ਖਾਵਾਂਗੇ ਲਾਈਟ ਗਈ ਆ ਲਾਈਟ ਆਈ ਤੇ ਨਹਾ ਕੇ ਤਾਂ ਪਸੀਨੇ ਦੇ ਕੱਪੜੇ ਲਾ ਕੇ ਫਿਰ ਖਾਵਾਂਗੇ ਵਲੌਗ ਦਾ ਐਂਡ ਕਰਦੇ ਆ ਰੱਬ ਸੋਹਣਾ ਦੇ ਹਵਾਲੇ ਰੱਬ ਰਾਖਾ ਅੱਲਾਹ ਹਾਫਿਜ਼ ਅੱਲਾਹ ਹਾਫਿਜ਼